पंजाब के मानसा जिले में कई किसानों ने सरकार और कृषि विभाग की अपील को मानकर फसल चक्र अपना रहे हैं लेकिन फसल पकने के बाद अब किसानों में नाराजगी दिखाई दे रही है किसानों ने गेहूं और धान की फसल से अलग शिमला मिर्च और मटर की खेती की लेकिन अब सरकार की बेरुखी से किसान परेशान है किसान महेंद्र सिंह ने बताया कि किसानों ने सब्जियों की खेती को अपनाया लेकिन मंडीकरण की व्यवस्था न होने के कारण निजी व्यापारी किसानों को लूट रहे हैं ਹੰਦੀ ਸਰਕਾਰ ਨੇ ਕਿਹਾ ਵੀ ਜਿਹੜਾ ਕਣਕ ਝੋਨੇ ਤੋਂ ਕਿਸਾਨ ਆ ਜਿਹੜੇ ਬਾਹਰ ਨਿਕਲਣਾ ਬਾਦਲੀਆਂ ਫਾਸਲਾ ਅਹਗਾਉਣ ਤੇ ਸਬਜ਼ੀਆਂ ਕੰਨੇ ਲੋਕਾਂ ਨੇ ਪਹਿਲ ਦੀ ਆਧਾਰ ਤੇ ਪੂਰਾ ਜੋਰ ਦਿੱਤਾ ਖਾਸ ਕਰਕੇ ਸਾਡੇ ਪਿੰਡ ਭੈਣੀ ਵਾਗਾ ਦੇ ਵਿੱਚ ਜਿੱਥੇ ਪਿਛਲੀ ਵਾਰ 500 ਕਿੱਲਾ ਏਕੜ ਮਿਰਚਾਂ ਦਾ ਤੇ ਹੋਰ ਸਬਜ਼ੀਆਂ ਲਾਈਆਂ ਸੀਗੀਆਂ ਤਾਂ ਇਦਕੀ 650 ਕਿੱਲਾ ਕੱਲੇ ਭੈਣੀ ਵਾਗਾ ਦੇ ਵਿੱਚ ਐ ਪਰ ਇਹਦਾ ਮੰਡੀ ਨਾ ਹੋਣ ਕਰਕੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਲੁੱਟ ਕੇ ਲੈ ਜਾਂਦੇ ਨੇ ਇਹਦੇ ਉੱਤੇ ਬਹੁਤ ਵੱਡੀ ਪੱਧਰ ਤੇ ਖਰਚ ਹੁੰਦਾ ਕਿਉਂਕਿ ਛਿਆਲ ਦੇ ਵਿੱਚ ਜਦੋਂ ਧੁੰਦਾ ਪੈਂਦੀ ਆ ਕੋਰਾ ਪੈਂਦਾ ਉਹਦਾ ਸਾਹਮਣਾ ਪੈਂਦਾ ਲਫਾਫਾ ਇਹਦੇ ਪਾਉਣਾ ਪੈਂਦਾ ਕੋਰੇ ਤੋਂ ਬਚਾਉਣ ਵਾਸਤੇ ਪਾਣੀ ਡੜਰਾਤ ਵਾਸਤੇ ਛੱਡਣਾ ਪੈਂਦਾ ਇਹਦੇ ਤੇ 80-90000 ਰੁਪਇਆ ਪਹਿਲਾ ਕਿਸਾਨ ਨੂੰ ਲਾਉਣਾ ਪੈਂਦਾ ਕਈ ਵਾਰੀ ਤਾਂ ਲਫਾਫੇ ਦੇ ਪੈਸੇ ਮਿਰਚ ਦੇ ਤੇ ਮਿਰਚ ਦੀ ਤੜਾਈ ਵੀ ਕਿਸਾਨ ਦੇ ਸ਼ਿਰ ਪੈ ਜਾਂਦੀ ਹੈ। ਵਿਭਿੰਨਤਾ ਦੇ ਤਹਿਤ ਜਿਵੇਂ ਸਰਕਾਰ ਹੁਕਾ ਦਿੰਦੀ ਆ ਖੇਤੀਬਾੜੀ ਮੈਹਿਕਮਾ ਉਹਦੇ ਤਹਿਤ ਅਸੀਂ ਵੀ ਸਬਜ਼ੀਆਂ ਵੱਲ ਪਏ ਸੀਗੇ ਤੇ ਜਿਆਦਾਤਰ ਸਿਮਲਾ ਮਿਰਚ ਲੱਗਦੀ ਆ ਉਹਦੇ ਨਾਲ ਮਟਰ ਵੀ ਆ ਟਮਾਟਰ ਵੀ ਆ ਖਰਬੂਜਾ ਵੀ ਆ ਜਾਂ ਹੋਰ ਸਬਜ਼ੀਆਂ ਨੇ ਫਸਲਾਂ ਨੇ ਜਿਵੇਂ ਸਟਾਉਪਰੀ ਦੀ ਗੱਲ ਕਰ ਗਏ ਤਾਂ ਉਹਦਾ ਕੋਈ ਮੰਡੀਕਰਨ ਕੋਈ ਵੀ ਨਹੀਂ ਕਿਤੇ ਵੀ ਨਹੀਂ ਅੱਜ ਜਿਹੜੇ ਮਟਰ 10 ਰੁਪਏ ਨੇ ਸਾਡੇ ਇੱਥੇ ਠੀਕ ਹੈ ਉਹੀ ਮੰਨ ਲਓ ਮਗਾਹਾਂ ਮੰਡੀ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ 25 ਰੁਪਏ ਵਿਕਦੇ ਨੇ 30 ਰੁਪਏ ਵਿਕਦੇ ਮਿਰਚ ਦਾ ਇਹੀ ਹਾਲ ਆ ਨਹੀਂ ਅੱਜ ਕੱਲ ਮਿਰਚ 40 ਰੁਪਏ ਕਿਲੋ ਹੁੰਦੀ ਸੀਗੀ ਅੱਜ ਹੁਣ 20 ਰੁਪਏ 22 ਰੁਪਏ ਜਿਹੜਾ ਆਪਣੇ ਕੋਲੇ ਸ਼ਿਮਲਾ ਮਿਰਚ ਦੀ ਖੇਤੀ ਆਪਾਂ ਕਰਦੇ ਆਂ ਸ਼ਿਮਲਾ ਮਿਰਚ ਤੇ ਹਰਾ ਮਟਰ ਇਹਦੀ ਤੜਾਈ ਹੁਣ ਹਰੇ ਮਟਰ ਦੀ ਹੋ ਰਹੀ ਆ ਤੇ ਇੱਕ ਦਾ ਜਿਹੜਾ ਸਾਨੂੰ ਇਹਦਾ ਵੀ ਪੂਰਾ ਰੇਟ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਕਿਸਾਨਾਂ ਨੂੰ ਇਹਦੀ ਬਹੁਤ ਹੋ ਰਹੀ ਆ ਦਿਹਾੜੀ ਪੱਲੇ ਪੈ ਰਹੀ 250 ਰੁਪਏ ਦਿਹਾੜੀ ਚੱਲ ਰਹੀ ਆ ਤੇ ਲੇਬਰ ਦੇ ਮਟਰ ਦਾ ਪੂਰਾ ਰੇਟ ਨਹੀਂ ਮਿਲ ਰਿਹਾ ਸਾਨੂੰ ਰੇਟ 10 ਰੁਪਏ ਮਿਲ ਰਿਹਾ 10 ਤੋਂ 12 ਤੇ ਜਿਹਦੇ ਕਾਰਨ ਵਪਾਰੀ ਆਪਣੀ ਮਰਜ਼ੀ ਦੇ ਨਾਲ ਖਰੀਦਦੇ ਨੇਗੇ ਤੇ ਗਾਂਹ ਜਾ ਕੇ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਰੇਟ ਵੇਚ ਰਿਆ ਬਾਕੀ ਸ਼ਿਮਲਾ ਮਿਰਚ ਦਾ ਵੀ ਇਹੀ ਹਾਲ ਹੈਗਾ ਰੇਟ 20 ਤੋਂ ਲੈ ਕੇ 21 ਦੇਸ਼ ਦੁਨੀਆ ਦੀ ਖਬਰਾਂ ਲਈ ਏਐਨਬੀ ਨਿਊਜ਼ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ